ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਠੀਕ ਠਾਕ। ਅੱਛਾ, ਆਉਣਾ ਵਾ? ਕਦੋਂ ਦੇ ਆਏ ਪਾਪਾ? ਅੱਛਾ, ਚਲੋ ਕੋਈ ਨਹੀਂ, ਆ ਜਾਓ। ਹੋਰ ਠੀਕ ਠਾਕ? ਬਾਕੀ ਕਿੰਨੇ ਕਿੰਨੇ ਆਉਣਾ? ਚਲੋ ਠੀਕ ਆ, ਚੰਗਾ। ਹੋ ਗਈ ਮੈਂ ਤਿਆਰ? ਹਾਂਜੀ ਚੱਲ ਕੱਪ ਚਾਹ ਬਣਾ ਲਾ ਦੋ, ਤੇ ਚੱਲ ਪੀਏ ਬਹਿ ਕੇ ਇੱਥੇ। ਬਣਾਉਣੀ ਹੈ ਚਾਹ, ਬਹਿ ਹਾਂ, ਜਾਓ। ਇੱਥੇ ਲੈ ਆਉਣੀ ਚਾਹ ਅੱਜ। ਚਾਹ ਤਾਂ ਮੈਂ ਇੱਥੇ ਹੀ ਲਿਆ ਦਾਂਗੀ, ਫੋਨ ਆਉਣ ਡਿਆ ਸੀ ਮੰਮੀ ਦਾ, ਪਾਪਾ ਆਏ ਕੱਲ੍ਹ ਦੇ ਘਰ ਅੱਛਾ ਅਤੇ ਕਹਿਣ ਡਿਆ ਸੀ ਅਸੀਂ ਆਵਾਂਗੇ ਸਵੇਰੇ ਤੁਹਾਡੇ ਕੋਲ। ਚੱਲ ਇਹ ਤਾਂ ਬੜੀ ਵਧੀਆ ਗੱਲ ਵਾ, ਕਹਿਣਾ ਹੀ ਸਾਰੇ ਜਣੇ ਆ ਜਾਣ ਹੁਣ। ਨਹੀਂ ਮੰਮੀ ਨੇ ਤਾਂ ਪਾਪਾ ਨੇ ਹੀ ਆਉਣਾ ਵਾ, ਸਾਰਿਆਂ ਨੇ ਤਾਂ ਨਹੀਂ ਆਉਣਾ। ਹਾਂਜੀ, ਇੱਕੋ ਵਾਰੀ ਆਏ ਉਦੋਂ ਜਦੋਂ ਤੈਨੂੰ ਲੈਣ ਮੁੜ ਕੇ ਆਏ ਹੀ ਨਹੀਂ ਆ ਤੇ। ਫਿਰ ਪਾਪਾ ਗੱਡੀ 'ਤੇ ਚਲੇ ਗਏ ਸੀ ਤਾਂ ਫਿਰ ਆਉਣਾ ਕਿੱਦਾਂ ਸੀ? ਹਾਂ ਚੱਲ, ਹੋ ਜਾਂਦੇ ਸਾਰੇ ਜਣੇ ਗੇ, ਇਹੋ ਤੇ ਹੁੰਦਾ ਵਾ ਰਿਸ਼ਤੇਦਾਰੀ ਇਹੋ ਹੀ ਤੇ। ਹੁਣ ਆਉਣਾ ਤਾਂ ਹੈ ਸਵੇਰੇ ਫਿਰ। ਚੱਲ ਕੋਈ ਨਹੀਂ, ਹੁਣ ਤੂੰ ਕਹਿਤਾ ਵਾ ਨਾ ਆਉਣ ਦਾ, ਤੇ ਹਾਂਜੀ ਕਿੰਨੇ ਕੁ ਵਜੇ ਆਉਣਗੇ ਸਵੇਰੇ? ਸਵੇਰੇ ਟਾਈਮ ਨਾਲ ਹੀ ਆਏ ਨਾ, ਸ਼ਾਮ ਨੂੰ ਫਿਰ ਪਾਪਾ ਨੇ ਚਲੇ ਜਾਣਾ। ਅੱਛਾ ਚੱਲ ਠੀਕ ਆ, ਫਿਰ ਤਿਆਰੀ ਤੁਰੀ ਕਰ ਲੈਂਦੇ ਅਸੀਂ, ਹੈ ਨਾ? ਹਾਂਜੀ ਹਾਂ, ਚੱਲ ਆ ਜਾ ਫਿਰ ਚਾਹ ਬਣਾਉਣੀ ਆ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਠੀਕ ਠਾਕ ਪਾਪਾ? ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਆ ਜਾਓ, ਕੀ ਕਰਨ ਡਈ ਹਾਂ? ਮੈਂ ਕੁਛ ਨਹੀਂ, ਕੱਪੜੇ ਸੁੱਕਣ ਪਾ ਕੇ ਹਟੀ। ਅੱਛਾ, ਮੰਮੀ ਘਰ ਆ? ਹਾਂਜੀ, ਘਰੇ। ਇੱਧਰ ਹੀ ਆ ਜਾਓ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਹੋਰ ਠੀਕ ਠਾਕ ਜੀ? ਠੀਕ ਠਾਕ, ਤੁਸੀਂ ਸੁਣਾਓ? ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਹੋ ਗਿਆ ਠੀਕ ਠਾਕ? ਉਹ ਤਾਂ ਠੰਡਾ ਨਹੀਂ ਲਿਆਉਣਾ, ਤੈਨੂੰ ਪਤਾ ਤਾਂ ਹੈਗਾ ਤੇਰੇ ਪਾਪਾ ਘੱਟ ਹੀ ਪੀਂਦੇ ਆ। ਚਲੋ ਕੋਈ ਨੀ, ਪੀ ਲੋ। ਚੱਲ ਲੈ ਲੋ, ਕੁੜੀ ਕੋ ਆਏ। ਹੋਰ ਸੁਣਾ? ਬਸ ਵਧੀਆ ਵਧੀਆ, ਤੁਸੀਂ ਦੱਸੋ? ਚਾਚੀ ਠੀਕ ਠਾਕ? ਹਾਂ ਠੀਕ ਠਾਕ, ਵਧੀਆ। ਆਉਣਾ ਤੇ ਉਹਨਾਂ ਨੇ ਹੀ, ਮੁੜ ਕੇ ਤੇਰੇ ਪਾਪਾ ਆ ਗਏ, ਮੈਂ ਚੱਲ ਅਸੀਂ ਹੋ ਆਉਂਦੇ ਹਾਂ। ਚਾਚੀ ਨਾਲ ਲੈ ਆਉਣਾ? ਆਉਣਗੇ ਤੇ ਇੱਦਣ, ਚਾਚੀ ਚਾਚੀ ਦੋਵੇਂ ਆਉਣਗੇ। ਬੜਾ ਵੀ ਠੀਕ ਆ, ਵਧੀਆ। ਜਾਣਾ ਵਾ ਨਾਲ? ਚਲੋ ਖੁਸ਼ ਹੋ, ਆਪਦਾ ਸੁੱਖ ਇੱਥੇ। ਚਲੋ ਹਾਂ, ਚੰਗੀ ਗੱਲ ਆ, ਕਰਮਾਂ ਨਾਲ ਮਿਲ ਗਿਆ ਮੈਨੂੰ ਤਾਂ ਕੋਈ। ਹੋਰ ਸੁਣਾਓ ਭਾਜੀ, ਕਦੋਂ ਆਏ ਜੀ? ਮੈਂ ਕੱਲ੍ਹ ਹੀ ਆਇਆ ਸੀ ਅਤੇ ਸ਼ਾਮੀ ਭਾਈ ਆਇਆ ਅਤੇ ਕਹਿੰਦੀ ਵੀ ਮੁਕਦੀ ਕੋ ਜਾਣਾ ਵਾ। ਹਾਂਜੀ, ਅਤੇ ਮੈਂ ਕਿਹਾ ਚਲੋ ਹੋ ਆਉਂਦੇ ਹਾਂ। ਚੰਗਾ ਕੀਤਾ ਕਿ ਬੜਾ ਵਧੀਆ ਕੀਤਾ ਸਗੋਂ, ਚਲੋ ਹਾਂ ਇੱਦਾਂ ਮਿਲਦੇ ਜਲਦੇ ਚੰਗੇ। ਦਵਿੰਦਰ ਨੂੰ ਲੈਣਾ ਸੀ, ਜੋਬਨ ਨੂੰ ਆਉਣਾ ਤੇ ਉਹਨਾਂ ਨੇ ਹੀ, ਤਿਆਰ ਉਹ ਹੋਏ ਸੀ, ਇਹ ਫਿਰ ਆਏ ਸ਼ਾਮੀ ਜੀ ਤੇ ਮੈਂ ਸੁੱਖ ਗੁੱਸਾ ਕਰਦੀ, ਪਾਪਾ ਆਏ ਨਹੀਂ, ਕਿੰਨਾ ਚਿਰ ਹੋ ਗਿਆ, ਮੈਂ ਅਸੀਂ ਹੋਮਨੇ ਆ। ਕੋਈ ਗੱਲ ਨੀ, ਭੇਜਾਂਗੇ ਉਹਨਾਂ ਨੂੰ, ਤੁਹਾਨੂੰ ਵੀ ਪਤਾ ਹੁਣ ਡੇਰੇ ਦੇ ਘਰ ਵਾ, ਸਾਰਿਆਂ ਦੇ ਆਇਆ ਸਰਦਾ ਨਹੀਂ ਆ, ਮਾਲ ਡੰਗਰ ਦਾ ਵੀ ਧਿਆਨ ਰੱਖਣਾ ਹੁੰਦਾ। ਨਹੀਂ ਮੈਂ ਚੱਲ ਜਾਣਾ ਵਾ, ਜਾਈ ਜਾਂਗੀ ਯਾਰ।
ਜਦੋਂ ਫੋਨ ਆ ਗਿਆ ਮੈਂ ਚਲ ਜਾਣਾ। ਚਲੋ ਜਦੋਂ ਹੁਣ ਆਉਂਦੇ ਹੁੰਦੇ ਤੇ ਗੇੜਾ ਮਾਰਿਆ ਕਰੋ, ਇਦਾਂ ਹੀ ਮਿਲਦੇ ਹੋ ਬਾਹਰ, ਲੋਕਾਂ ਨੂੰ ਪਤਾ ਲੱਗਦਾ ਵੀ ਇਹਦੇ ਰਿਸ਼ਤੇਦਾਰ ਆਏ ਆ। ਚਲੋ ਨਹੀਂ ਗੱਲ ਸਾਡੀ ਠੀਕ ਆ, ਹਾਂਜੀ ਸਾਨੂੰ ਵੀ ਬੜੀ ਖੁਸ਼ੀ ਹੋਈ ਆ ਕਿ ਸਾਡੀ ਕੁੜੀ ਖੁਸ਼ ਵਾ, ਰਿਸ਼ਤੇਦਾਰ ਚੰਗੇ ਮਿਲ ਗਏ। ਚੰਗੇ ਮਿਲ ਜਾਣ ਤੇ ਕੁੜੀ ਦੀ ਵੀ ਜ਼ਿੰਦਗੀ ਨਿਕਲ ਜਾਂਦੀ ਵਧੀਆ, ਤੇ ਮਾਂ ਪਿਓ ਨੂੰ ਵੀ ਬੜੀ ਖੁਸ਼ੀ ਹੁੰਦੀ ਆ। ਹਾਂਜੀ ਇਹ ਤੇ ਗੱਲ ਭਾਜੀ ਹੈ। ਤੇ ਸਾਨੂੰ ਸਾਰੇ ਤੁਹਾਨੂੰ ਸਾਰੇ ਟੱਬਰ ਨੂੰ ਵੇਖ ਕੇ ਤੇ ਬੜਾ ਵਧੀਆ ਲੱਗਾ ਵਾ ਕਿ ਬੜੇ ਤੁਸੀਂ ਖੁਸ਼ ਜੇ ਸਾਰੇ। ਚਲੋ ਭਾਜੀ ਜੀ ਅਸੀਂ ਚੰਗੇ ਤੇ ਤੁਸੀਂ ਵੀ ਚੰਗੇ ਹੀ ਹੋ ਨਾ। ਹਾਂ ਚਲੋ ਪਰਮਾਤਮਾ ਨੇ ਕੋ ਵੇਖ ਕੇ ਫੇਰ ਹੀ ਰਿਸ਼ਤੇਦਾਰੀ ਬਣਾਈ ਹੈ। ਬਿਲਕੁਲ ਹਾਂਜੀ ਹਾਂਜੀ। ਚਲੋ ਮੈਂ ਚਾਹ ਲੈ ਕੇ ਆਵਾਂ। ਚਲੋ ਚਲੋ ਤੁਸੀਂ ਕਰੋ। ਇੰਨਾ ਖਲਾਰਾ ਪਾਇਆ ਸੁੱਖ? ਖਲਾਰਾ ਤੇ ਅਜੇ ਤੱਕ ਸਾਂਭਿਆ ਹੀ ਨੀ ਗਿਆ। ਖਲਾਰਾ ਪਾਉਣਾ ਕੀ ਆ? ਅੱਛਾ ਖਲਾਰਾ ਤੇ ਇੱਕ ਕਮਰੇ ਦਾ, ਕਦੇ ਦੂਜੇ ਦਾ, ਕਦੇ ਉੱਪਰ। ਮੈਂ ਤੇ ਕਮਲੀ ਹੋ ਗਈ ਖਲਾਰਾ ਹੀ ਸਾਂਭ ਸਾਂਭ ਕੇ। ਕਿਉਂ ਕੰਮ ਵਾਲੀਆਂ ਨੇ ਆਉਂਦੇ? ਕੰਮ ਵਾਲੀਆਂ ਤੇ ਮੰਮੀ ਝਾੜੂ ਪੋਚਾ ਹੀ ਕਰਨਾ, ਸਫਾਈਆਂ ਹੀ ਕਰ ਜਾਣਗੀਆਂ। ਸਮਾਨ ਥੋੜਾ ਥੋੜਾ ਸੈੱਟ ਕਰ ਜਾਣਾ ਤੇ ਆਪ ਹੀ ਰੱਖਣਾ ਜਿੱਥੇ ਜਿੱਥੇ ਰੱਖਣਾ। ਚੱਲ ਕੋਈ ਗੱਲ ਨੀ, ਕੰਮ ਤੇ 4 ਦਿਨ ਪਿਆ, ਪਰ ਇਹ ਆ ਕਿ ਸਾਰੇ ਘਰ ਨੂੰ ਇੱਕ ਵਾਰੀ ਹੱਥ ਵੱਜ ਗਿਆ, ਸਾਫ਼ ਸਫਾਈ ਹੋ ਗਈ, ਮਨ ਨੂੰ ਤਸੱਲੀ ਜੀ ਹੋ ਗਈ ਨਾ। ਬਾਕੀ ਇਹ ਬੈਡਾਂ ਬੁੱਡਾਂ ਦਾ ਸਮਾਨ ਦੇਖ ਲਿਆਉਂਦਾ ਤੇ ਆਪ ਹੀ ਰੱਖਣਾ ਤੇਰੀ ਗੱਲ ਨੂੰ। ਹਾਂਜੀ ਚੱਲ ਕੋਈ ਨੀ ਪੁੱਤ, ਕੰਮ ਕੀਤਿਆ ਕਰੇ, ਥੱਕ ਜਾਈਦਾ। ਥੱਕ ਤੇ ਨਹੀਂ ਜਾਈਦਾ, ਜਿੰਨੀਆਂ ਮੌਜਾਂ ਕੀਤੀਆਂ ਤੇ ਮੇਰਾ ਤੇ ਕਿਤੇ ਨਿਗਾ ਖਜੁੰਬੜ ਕੇ ਆਈ ਤੇ। ਚੱਲ ਕਿਹੜਾ ਇਹ ਕੰਮ ਰੋਜ਼ ਪੈਣਾ ਵਾ, ਇਹੋ ਹੀ 2-4 ਦਿਨ ਆ। ਚਲੋ ਕੋਈ ਨੀ ਛੱਡੋ। ਗੌਰਵ ਦਾ ਕਿੱਦਾਂ ਹੁਣ? ਠੀਕ ਆ। ਠੀਕ ਆ ਕਿ ਪਹਿਲਾਂ ਵਾਂਗ ਹੀ? ਇਦਾਂ ਹੀ ਆ, ਇੱਕ ਦਿਨ ਆਇਆ ਹੀ ਰੱਜਿਆ। ਫੇਰ ਤੈਨੂੰ ਪਤਾ ਹੀ ਆ, ਜਿਨ੍ਹਾਂ ਦੇ ਸੰਗਾਂ ਥਾਣੀ ਲੰਘ ਜਾਂਦੀ ਆ ਉਹ ਮੁੜ ਕੇ ਕਰਮਾਂ ਨਾਲ ਹੀ ਹਟਦੀ ਕਿਤੇ। ਚਲੋ ਉਹ
ਉਹਦੇ ਘਰ ਠੀਕ ਆ, ਮੈਂ ਤੁਹਾਡੇ ਨਾਲ ਫੋਨ ਤੇ ਗੱਲ ਕਰਨੀ ਸੀ, ਫਿਰ ਨਹੀਂ ਮੈਂ ਕੀਤੀ, ਮੈਂ ਕੋਈ ਸੁਣ ਨਾ ਲਵੇ। ਜੋ ਇਦਾਂ ਦੀ ਕਿਹੜੀ ਗੱਲ ਆ, ਜਿੱਦਾਂ ਗੌਰਵ ਨਹੀਂ ਆਉਂਦਾ ਹੁੰਦਾ ਤੇ ਇਦਾਂ ਕਰਦਾ ਹੁੰਦਾ? ਹਾਂ, ਅਮਨ ਵੀ ਇੱਕ ਦਿਨ ਇੱਦਾਂ ਹੀ ਆਇਆ ਤੇ ਮੇਰਾ, ਮੈਂ ਤੇ ਡਰ ਹੀ ਗਈ, ਮੈਂ ਵੀ ਜਿੱਦਾਂ ਗੌਰਵ ਨਸ਼ਾ ਨੁਸ਼ਾ ਕਰਕੇ ਆਉਂਦਾ ਹੁੰਦਾ, ਕਿਤੇ ਇਹਨੇ ਵੀ ਨਸ਼ਾ ਤਾਂ ਨਹੀਂ ਕੀਤਾ? ਉਹ ਤਾਂ ਬਾਅਦ 'ਚ ਮੰਮੀ ਨੇ ਦੱਸਿਆ, ਕਹਿੰਦੇ ਨਹੀਂ ਇਹਦਾ ਬੀਪੀ ਜ਼ਿਆਦਾ ਵੱਧ ਜੇ ਜਦੋਂ ਤੇ ਇੱਦਾਂ ਕਰਦਾ ਹੁੰਦਾ ਵਾ। ਦਵਾਈ ਦਵੂਈ ਦਵਾਉਣੀ, ਚੈੱਕ ਕਰਾਉਣਾ ਕਿਤੇ ਚੰਗੀ ਤਰ੍ਹਾਂ? ਦਵਾਈ ਤਾਂ ਲਿਆਂਦੀ ਸੀ, ਉਹਦੇ ਕਿਤੇ ਮੰਮੀ ਉੱਦਾਂ ਹੀ ਕਰੀ ਜਾਵੇ, ਜਦੋਂ ਗੌਰਵ ਨਹੀਂ ਕਰਦਾ ਹੁੰਦਾ, ਛੰਡ ਛੰਡ ਮਾਰੇ ਹੱਥ ਮੇਰੇ ਤੇ ਉੱਚੀ ਉੱਚੀ ਬੁਣ ਜਾਵੇ। ਇੱਕ ਵਾਰੀ ਤਾਂ ਮੈਨੂੰ ਗੌਰਵ ਦੇ ਸੀਨ ਚੇਤੇ ਆ ਗਿਆ। ਕੀ ਕਹਿੰਦੇ, ਅੱਗੇ ਵੀ ਕਦੀ ਵਧਿਆ ਕਿ ਪਹਿਲੇ ਵਾਰੀ ਵਧਿਆ? ਨਹੀਂ ਕਹਿੰਦੇ ਅੱਗੇ ਵੀ ਵੱਧ ਜਾਂਦਾ ਹੁੰਦਾ, ਇੱਦਾਂ ਕਰਦਾ। ਅੱਛਾ, ਨਹੀਂ ਨਹੀਂ ਅਮਨ ਸਮਝਦਾਰ ਮੁੰਡਾ ਵਾ। ਚਲੋ ਗੌਰਵ ਤਾਂ ਹੁਣ ਸ਼ੁਰੂ ਤੋਂ ਸਾਨੂੰ ਪਤਾ ਵਾ ਵੀ ਥੋੜ੍ਹਾ ਜਿਹਾ ਇੰਨੇ ਚੱਕਰਾਂ ਦੇ ਵਿੱਚ ਹੈਗਾ ਵਾ। ਹੁਣ ਸੁਣਾ ਭੈਣ ਜੀ ਦਾ ਸੁਭਾਅ ਚੰਗਾ? ਇਹ ਸੁਭਾਅ ਤਾਂ ਚੰਗਾ ਵਾ, ਮੰਮੀ ਦਾ ਸੁਭਾਅ ਤਾਂ ਬਹੁਤ ਵਧੀਆ ਹੈ। ਤਿਆਰ ਤੇ ਤੇਰੇ ਚਾਚਾ ਚਾਚੀ ਹੋਏ ਸੀ, ਕਿੰਨੇ ਦਿਨਾਂ ਦੀ ਕਹਿਣ ਡੀ ਸੀ ਮੈਂ ਜਾਣਾ ਵਾ, ਤੇ ਉਹ ਮੁੜ ਕੇ ਪਾਪਾ ਤੇਰੇ ਆ ਗਏ, ਤੇ ਇਹਨਾਂ ਨੂੰ ਮੈਂ ਚੱਲ ਲਈ, ਸਾਡੀ ਗਏ ਨੀ ਕਿੰਨੇ ਚਿਰ ਤੇ, ਇਹਨਾਂ ਦਾ ਵੀ ਜੀ ਕਰਦਾ ਸੀ। ਮੈਂ ਚੱਲ ਅਸੀਂ ਹੋਣੇ ਬਾਅਦ ਚ ਚੱਲ ਜਾਣਗੇ, ਤੇ ਵਾਲੀਆਂ ਤੇਰੀਆਂ ਦਿੱਤੀਆਂ ਅਜੇ ਬਣੀਆਂ ਹੀ ਨੀ, ਮਿਲੀਆਂ ਨੀ ਆ, ਆਹਦੇ ਟਾਈਮ ਲੱਗਣਾ ਵਾ। ਜਦੋਂ ਮੈਂ ਆਵਾਂਗੀ ਫਿਰ ਲੈ ਆਵਾਂਗੀ, ਕੋਈ ਨੀ। ਆਹੋ ਇੱਦਾਂ ਕਰ ਲੈ, ਛੱਡੋ ਇਹਨਾਂ ਗੱਲਾਂ ਨੂੰ, ਤੁਸੀਂ ਦੱਸੋ ਵੀ ਅੱਗੇ ਪਿੱਛੇ ਏਡੇ ਸੋਹਣੇ ਗਾੜੇ ਗਾੜੇ ਸੂਟ ਪਾਉਂਦੇ ਤੇ ਅੱਜ ਇੰਨਾ ਫਿੱਕਾ ਕਿਉਂ? ਚੰਗਾ ਲੱਗਾ? ਨਹੀਂ ਚੰਗਾ ਤੇ ਲੱਗਾ, ਪਰ ਗਾੜੇ ਜ਼ਿਆਦਾ ਸੋਹਣੇ ਲੱਗਦੇ ਆ। ਤੇ ਬੈਠੀ ਕਿੱਥੇ ਆ? ਧੀ ਵਿਆਹੀ ਆ, ਕੁੜਮਾਂ ਦੇ ਪਿੰਡ ਬੈਠੀ, ਹੁਣ ਗਾੜੇ ਹੈਗੇ ਉਤਰਾਂ, ਤਾਂ ਕਦੀ ਕਦੀ ਇਹਨਾਂ ਦੀ ਵੀ ਲੋੜ ਪੈਂਦੀ ਫਿੱਕੇ ਸੂਟਾਂ ਦੀ ਵੀ। ਨਹੀਂ ਧੀ ਵਿਆਹ ਕੇ ਬੰਦਾ ਨਾਲ ਹੀ ਬੁੱਢਾ ਹੋ ਜਾਂਦਾ। ਨਹੀਂ ਇੱਦਾਂ ਦਾ ਕੋਈ ਚੱਕਰ ਤਾਂ ਨਹੀਂ, ਮਿਲਿਆ ਸੀ ਕਿਤੇ, ਮੈਂ ਸੀ ਲਿਆ, ਮੈਂ ਚੱਲ ਪੈ ਹੀ ਜਾਂਦੇ ਆ, ਪਰ ਦੂਜੇ ਸੋਹਣੇ ਲੱਗਦੇ ਜ਼ਿਆਦਾ। ਚੱਲ ਠੀਕ ਆ, ਨਹੀਂ ਪਾਉਂਦੀ ਮੁੜ ਕੇ ਜਦ ਨਹੀਂ ਚੰਗਾ ਲੱਗਾ ਤੇ। ਠੀਕ ਆ, ਨਾਲ ਗੱਲ ਸੁਣੋ ਮੇਰੀ, ਮੰਮੀ ਨੂੰ ਕਹਿ ਕੇ ਜਾਇਓ ਵੀ ਚੂੜਾ ਲਾ ਦੇ ਮੈਂ ਹੁਣ। ਚੂੜਾ ਲਾ ਦੇਣਾ ਵਾ? ਹੋਰ ਕਿਉਂ, ਕਿੰਨਾ ਸੋਹਣਾ ਲੱਗਦਾ ਵਾ। ਸੋਹਣਾ ਤਾਂ ਲੱਗਦਾ ਵਾ, ਗਰਮੀ ਦਾ ਕਰਕੇ ਵੀ ਕਿੱਦਾਂ ਐਲਰਜੀ ਜਿਹੀ ਹੋਈ ਆ, ਖਰਸ਼ ਬੜੀ ਹੁੰਦੀ ਆ। ਚੂੜੀਆਂ ਤੂੰ ਕਦੀ ਪਾਈਆਂ ਨਹੀਂ ਸੀ ਨਾ ਤਾਂ ਕਰਕੇ। ਉੱਦਾਂ ਚੂੜੀਆਂ ਪਾ ਲੂੰਗੀ ਥੋੜ੍ਹੀਆਂ। ਵੇਖ ਲਾ ਮੈਂ ਆਪਣੀ ਮਰਜ਼ੀ, ਉੱਦਾਂ ਜੇ ਸੋਹਣਾ ਲੱਗਦਾ। ਚੱਲ ਲੋਕੀ ਤਾਂ ਇੰਨਾ ਹੰਢਾਉਂਦੇ ਆ। ਨਹੀਂ ਲਾ ਦੇਣਾ ਵਾ, ਉੱਦਾਂ ਚੂੜੀਆਂ ਪਾ ਲਾਂਗੇ ਬਾਅਦ। ਚੱਲ ਕੋਈ ਗੱਲ ਨਹੀਂ, ਮੈਂ ਕਹਿ ਦੂੰਗੀ ਭੈਣ ਜੀ ਨੂੰ ਤੇ ਵਧਾ ਦੀ ਚੂੜਾ। ਦੁੱਖ ਸੁੱਖ ਬੋਲਣੇ ਆ ਤੇ ਕਹਿਣ ਡੇ ਮੰਮੀ ਚੂੜਾ ਮੇਰਾ ਮੰਮੀ ਨੂੰ ਕਹਿਣ ਨੂੰ ਜੀ ਨਹੀਂ ਕਰਦਾ, ਦਾਣੇ ਹੋ ਗਏ ਨਿੱਕੇ ਨਿੱਕੇ ਤੇ ਤੁਸੀਂ ਗੱਲ ਕਰਿਓ ਤੇ ਮੈਂ ਲਾ ਦੇਣਾ ਵਾ। ਇਹਨੂੰ ਤੇ ਮੈਂ ਅੱਗੇ ਵੀ ਇੱਕ ਦਿਨ ਕਹਿਣ ਡੇ ਵੀ ਤੇਰੇ ਆ ਦਾਣੇ ਹੋ ਗਏ ਬਾਹ ਦੇ, ਇਹਨੇ ਕਿਹਾ ਹੀ ਨਹੀਂ ਮੈਨੂੰ ਲਾਉਣ ਵੱਲੋਂ, ਤੇ ਮੈਂ ਆਖਿਆ ਸੋਹਣਾ ਲੱਗਦਾ, ਮੈਂ ਤਾਂ ਹੀ ਨਹੀਂ ਕਿਹਾ। ਮੈਂ ਅੱਗੇ ਕਹਿੰਦੀ ਵੀ ਤੇਰੀ ਮਰਜ਼ੀ ਆ, ਉਹ ਤਾਂ ਚੱਲ ਸੋਹਣਾ ਲੱਗਦਾ ਵਾ, ਲੋਕੀ ਤਾਂ ਇੰਨਾ ਹੰਢਾਉਂਦੇ ਆ। ਜਦੋਂ ਸਾਡੇ ਵਿਆਹ ਹੋਏ ਪੂਰਾ ਸਾਲ ਸਾਲ ਹੰਢਾਇਆ ਸੀ ਚੂੜਾ, ਕਿੰਨੀ ਰੀਝ ਨਾਲ ਕੁੜੀਆਂ ਪਾਉਂਦੀਆਂ ਸੀ। ਆ ਪਿੱਤ ਨਿਕਲੀ ਆ ਨਾ, ਤੇ ਮੈਂ ਵੀ ਕਹਿਣ ਡਈ ਮੈਂ ਤੇਲ ਤੂਲ ਲਾ ਤੇ ਚੱਲ ਕੋਈ ਨੀ ਵਧਾ ਦਿੰਨੇ ਆ। ਚੱਲ ਕੋਈ ਨੀ ਵਧਾ ਦਿੰਨੇ, ਵਧਾ ਦਿੰਨੇ ਚੂੜਾ, ਕੋਈ ਗੱਲ ਨੀ। ਤੇ ਨਾਲੇ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ। ਹਾਂਜੀ, ਅਮਨ ਚੱਲ ਗਿਆ ਕਿਤੇ? ਅਮਨ ਬਾਹਰ ਹੀ ਆ। ਚਲੋ ਤੁਹਾਡੇ ਨਾਲ ਕਰ ਲੈਣੀ। ਹਾਂਜੀ ਵੇਖੋ ਜੀ, ਰਿਸ਼ਤੇਦਾਰੀ ਦੇ ਵਿੱਚ ਰਿਸ਼ਤਾ ਹੋਇਆ। ਹਾਂਜੀ, ਤੇ ਤੁਸੀਂ ਸਾਫ਼ ਮਨਾ ਕਰ ਦਿੱਤਾ ਵੀ ਅਸੀਂ ਕੁਛ ਨਹੀਂ ਲੈਣਾ ਦੇਣਾ, ਚੁੰਨੀ ਚੜਾਵਾ ਕਰਨਾ, ਤੇ ਅਸੀਂ ਤੁਹਾਡੀ ਸਹਿਮਤੀ ਦੇ ਨਾਲ ਵੀ ਚਲੋ ਦਾਜ ਨੂੰ ਇੰਨਾ ਸੱਦਾ ਨਹੀਂ ਵੀ ਦੇਣਾ ਚਾਹੀਦਾ, ਜੇ ਕੁਝ ਲੋਕਾਂ ਦੀ ਸੋਚ ਇੰਨੀ ਵਧੀਆ ਵਾ ਤੇ ਸਾਨੂੰ ਸਾਥ ਦੇਣਾ ਚਾਹੀਦਾ ਵਾ। ਤੇ ਤੁਹਾਨੂੰ ਤੇ ਪਤਾ ਹੀ ਆ, ਸੁੱਖ ਸਾਡੀ ਇਕਲੌਤੀ ਧੀ ਆ, ਇਕੱਲੀ ਇਕੱਲੀ ਆ, ਇਹਦੇ ਵਿਆਹ ਨੂੰ ਲੈ ਕੇ ਬੜੀਆਂ ਰੀਝਾਂ ਸੀ, ਪਰ ਜਦੋਂ ਤੁਸੀਂ ਇੰਨੀ ਸੋਹਣੀ ਗੱਲ ਕੀਤੀ ਨਾ ਤੇ ਅਸੀਂ ਤੁਹਾਡੇ ਮੁਤਾਬਕ ਚੱਲੇ ਹਾਂ, ਤੇ ਹੁਣ ਇਹਦੇ ਪਾਪਾ ਕਹਿੰਦੇ ਕਿ ਚਲੋ ਸਾਡੇ ਮਨ 'ਚ ਵੀ ਥੋੜ੍ਹੇ ਬਹੁਤੇ ਚਾਅ ਰੀਝ ਆ ਕਿ ਅਸੀਂ ਆਪਣੀ ਧੀ ਵਾਸਤੇ ਕੁਝ ਕਰੀਏ, ਕੁਝ ਇਹਨੂੰ ਦਈਏ, ਤੇ ਚਲੋ ਮਹਾਰਾਜ ਦਾ ਦਿੱਤਾ ਤੁਹਾਡੇ ਕੋਲ ਸਭ ਕੁਛ ਵਾ, ਦੋੜੀਆਂ ਦੋੜੀਆਂ ਚੀਜ਼ਾਂ ਲਿਆਉਣ ਦਾ ਫਾਇਦਾ ਵੀ ਕੋਈ ਨਹੀਂ। ਦੇਖੋ ਤੇ ਜਦੋਂ ਆਉਂਦੇ ਹੁੰਦੇ ਵੀ ਧੀ ਦੇਤੀ ਤੇ ਸਾਰਾ ਕੁਝ ਦੇਤਾ, ਹਾਂਜੀ, ਇਨਸਾਨ ਦੀ ਭੁੱਖ ਤੇ ਮਿਟਦੀ ਨਹੀਂ, ਉਹ ਜੋ ਮਰਜ਼ੀ ਉਹਦੇ ਲਾਲਚ ਪੈਦਾ ਹੋ ਜਾਂਦਾ ਮਨ 'ਚ। ਹਾਂਜੀ ਹਾਂਜੀ, ਤੇ ਹੁਣ ਸੁੱਖ ਤੋਂ ਅਸੀਂ ਥੋੜ੍ਹੇ ਜਿਹੇ ਪੈਸੇ ਦੇਣੇ ਆ,
ਇਹ ਗੱਲ ਤਾਂ ਤੁਸੀਂ ਮਨਾ ਨਾ ਕਰਿਓ, ਵੇਖੋ ਅਸੀਂ ਤੁਹਾਡੀਆਂ ਸਾਰੀਆਂ ਮੰਨੀਆਂ ਵਾਂ ਅਤੇ ਤੁਸੀਂ ਸਾਡੀ ਗੱਲ ਨੂੰ ਮਨਾ ਨਾ ਕਰਿਓ। ਰੁਪਈਆ 2 ਲੱਖ ਇਹਦੇ ਪਾਪਾ ਆਉਂਦੇ ਅਸੀਂ ਦੇ ਦੇਣਾ ਵਾ, ਜਦੋਂ ਜ਼ਿੰਦਗੀ 'ਚ ਲੋੜ ਪਊਗੀ ਸਾਡੇ ਵੱਲੋਂ ਜੋ ਮਰਜ਼ੀ ਲੈ ਲਏ। ਇਸ ਗੱਲ ਨੂੰ ਨਾ ਤੁਸੀਂ ਹੁਣ ਮਨਾ ਕਰਿਓ। ਵੇਖੋ ਭੈਣ ਜੀ, ਅੱਗੇ ਤੁਸੀਂ ਵਿਆਹ 'ਤੇ ਸਾਡੀ ਚਲੋ ਮੰਨੀ, ਬੜੀ ਵਧੀਆ ਗੱਲ ਵਾ, ਜਿੱਦਾਂ ਅਸੀਂ ਕਿਹਾ ਉੱਦਾਂ ਹੀ ਕੀਤਾ, ਪਰ ਹਾਂ ਜਿਹੜੀ ਪੈਸਿਆਂ ਦੀ ਗੱਲ ਵਾ ਨਾ, ਸੁੱਖ ਵੀ ਤੁਹਾਡੀ ਇਕੱਲੀ ਇਕੱਲੀ ਕੁੜੀ ਆ, ਵੇਖੋ ਰੀਝਾਂ ਮਾਂ ਪਿਓ ਨੂੰ ਹੁੰਦੀਆਂ ਵਾ ਅਤੇ ਸਦਾ ਹੀ ਧੀਆਂ ਨੇ ਲੈਣਾ ਹੁੰਦਾ ਵਾ, ਅਤੇ ਵੇਖੋ ਭੈਣ ਜੀ ਸਾਡੇ ਕੋਲ ਤਾਂ ਰੱਬ ਦਾ ਦਿੱਤਾ ਬੜਾ ਕੁਛ ਵਾ, ਅਤੇ ਅਸੀਂ ਤਾਂ ਇਸ ਚੀਜ਼ ਨੂੰ ਕਿਹਾ ਸੀ ਵੀ ਅਸੀਂ ਦਾਜ ਦੇ ਜਿਹੜੀ ਇੱਦਾਂ ਦੀ ਗੱਲ ਵਾ ਉਹ ਤਾਂ ਚਲੋ ਬੰਦ ਹੀ ਕਰ ਦਿਉ ਤਾਂ ਚੰਗਾ ਵਾ, ਅਤੇ ਜੇ ਤੁਸੀਂ ਕਹਿੰਦੇ ਹੀ ਹੋ ਤਾਂ ਫਿਰ ਤੁਸੀਂ ਸੁੱਖ ਨੂੰ ਵਿਹਲਾ ਸੁੱਖ ਜਿੱਦਾਂ ਤੂੰ ਚਾਹੁੰਦੀ ਆ, ਪਰ ਸਾਨੂੰ ਨਹੀਂ ਕੁਛ ਵੀ ਚਾਹੀਦਾ, ਜੇ ਤੁਸੀਂ ਕਹੋ ਵੀ ਅਸੀਂ ਨਹੀਂ ਕੁਛ ਵੀ ਲੈ ਸਕਦੇ। ਚਲੋ ਕੋਈ ਨਹੀਂ, ਉਹ ਗੱਲ ਤਾਂ ਅਸੀਂ ਪਹਿਲਾਂ ਹੀ ਕਹੀ ਆ ਕਿ ਪਰਮਾਤਮਾ ਦਾ ਦਿੱਤਾ ਇੱਥੇ ਬਹੁਤ ਕੁਛ ਵਾ, ਸਾਡੇ ਥੋੜ੍ਹੇ ਬਹੁਤਿਆਂ ਨਾਲ ਕੋਈ ਫਰਕ ਨਹੀਂ ਪੈਣਾ। ਚਲੋ ਸਾਨੂੰ ਵੀ ਰੀਝ ਵਾ, ਆਪਣਾ ਭਾਵੇਂ ਕੋਈ ਗਹਿਣਾ ਬਣਾ ਲਏ, ਹੋਰ ਜੋ ਇਹਨੂੰ ਜ਼ਿੰਦਗੀ 'ਚ ਲੋੜ ਪਊਗੀ ਵਰਤ ਲਊਗੀ, ਅਤੇ ਕੋਈ ਗੱਲ ਨਹੀਂ, ਜੇ ਤੁਹਾਨੂੰ ਨਹੀਂ ਚਾਹੀਦੇ ਤਾਂ ਅਸੀਂ ਸੁੱਖ ਦੀ ਕਾਪੀ 'ਤੇ ਜਮ੍ਹਾਂ ਕਰਾ ਦਾਂਗੇ। ਚਲੋ ਵੇਖ ਲਓ, ਕੋਈ ਗੱਲ ਨਹੀਂ, ਇੰਨਾ ਕਿਤੇ ਮਾਪਿਆਂ ਕੋਲ ਲੈਣਾ ਵੀ ਚਾਹੀਦਾ ਵਾ, ਇੰਨਾ ਕਿਤੇ ਧੀਆਂ ਦਾ ਹੱਕ, ਧੀਆਂ ਦਾ ਹੱਕ ਵੀ ਬਣਦਾ, ਇੰਨਾ ਕਿਤੇ ਸਾਨੂੰ ਵੀ ਇੰਨਾ ਕੁ ਪੁੰਨ ਦਾਨ ਕਰਨ ਦਾ ਮੌਕਾ ਚਾਹੀਦਾ। ਇੱਥੇ ਵੀ ਮੇਰਾ ਵਾ ਤੇ ਉੱਥੇ ਵੀ ਮੇਰਾ ਹੀ ਆ, ਬਸ ਇਹਨਾਂ ਦੀਆਂ ਖੁਸ਼ੀਆਂ ਚਾਹੀਦੀਆਂ ਨਿਆਣਿਆਂ ਦੀਆਂ ਹੀ, ਪੈਸਾ ਨਾ ਕੋਈ ਨਾਲ ਲੈ ਕੇ ਆਇਆ ਤੇ ਨਾ ਕਿਸੇ ਨੇ ਨਾਲ ਲੈ ਕੇ ਜਾਣਾ। ਚਲੋ ਕੋਈ ਨੀ, ਜਿੱਦਾਂ ਤੁਹਾਨੂੰ ਫਿਰ ਚੰਗਾ ਲੱਗਦਾ ਉਦਾਂ ਤੁਸੀਂ ਕਰ ਲਓ। ਠੀਕ ਆ, ਚਲੋ ਛੱਡੋ ਇਹਨਾਂ ਗੱਲਾਂ ਨੂੰ ਭੈਣ ਜੀ, ਸੁੱਖ ਦੱਸਣ ਲਈ ਆ ਵੀ ਅਮਨ ਦਾ ਇੱਕ ਦਿਨ ਬੀਪੀ ਵੱਧ ਗਿਆ, ਜ਼ਿਆਦਾ ਹੀ ਹੋ ਗਿਆ ਸੀ। ਹਾਂਜੀ ਭੈਣ ਜੀ, ਵੇਖੋ ਗਰਮੀ ਕਿੰਨੀ ਆ, ਕੰਮ ਹੁਣ ਇਕੱਲਾ ਕਰਦਾ ਵਾ, ਮੰਮੀ ਤਾਂ ਚੱਲ ਜਾਂਦਾ ਵਾ ਅਤੇ ਸਵੇਰੇ ਤਾਂ ਮੁੜ ਕੇ ਕਹਿ ਦਿੰਦਾ ਵਾ ਵੀ ਮੈਂ ਇਕੱਲਾ, ਤਾਂ ਮੈਂ ਤਾਂ ਕਹਿਤਾ ਵਾ ਵੀ ਖਬਰਦਾਰ ਤੂੰ ਇਕੱਲੇ ਨੇ ਕੰਮ ਨਹੀਂ ਕਰਨਾ, ਨਾਲ ਕਿਸੇ ਨੂੰ ਡਾਹ ਲਿਆ ਕਰ ਦਿਹਾੜੀ ਤੇ, ਚੱਲ ਤੂੰ ਆਪ ਲਾਗੇ ਖਲੋ ਜਾ ਕਰ। ਆਹੋ ਅੱਜ ਕੱਲ੍ਹ ਬੰਦੇ ਦਿਹਾੜੀ ਤੇ ਆਮ ਮਿਲ ਜਾਂਦੇ ਆ, ਨਾਲ ਡਾਹਲੇ ਬੰਦਾ ਚੱਲ ਕਹਿ ਕੇ ਕਰਵਾ ਲੈ, ਮੈਥੋਂ ਘਰੋਂ ਕਹਿ ਕੇ ਵੀ ਗਈ ਆ, ਮੈਂ ਕਿਹਾ ਵੀ ਜਾ ਪੁੱਤ ਨੂੰ ਨਾਲ ਕਿਸੇ ਨੂੰ ਲੱਲਾ ਤੇ ਫੇਰ ਕੰਮ ਕਰੀ, ਵੀ ਅੱਗੇ ਵੀ ਭੈਣ ਜੀ ਦਾ ਵੱਧ ਘੱਟ ਜਾਂਦਾ ਵਾ, ਅਸੀਂ ਡਰੀ ਗਏ, ਮੈਂ ਤੇ ਆਖਿਆ ਸੁੱਖ ਤੇ ਇਕਦਮ ਹੀ ਡਰ ਗਈ ਹੈ। ਅੱਛਾ ਹਾਂਜੀ ਭੈਣ ਜੀ, ਚਲੋ ਕੋਈ ਨੀ, ਹੁਣ ਆਉਂਦੇ ਹੁੰਦੇ ਵੀ ਗਰਮੀ ਨੇ ਕਰ ਦਿੱਤੀ ਰਹਾਂਗੇ। ਕੋਈ ਗੱਲ ਨੀ, ਕੋਈ ਗੱਲ ਨੀ, ਹਾਂਜੀ ਕੋਈ ਨੀ ਆਵਾਂਗੇ।